ਅੱਜ ਪਾਸਟਰ ਦੀ ਰਿਸਪੈਕਟ ਕੀ ਹੈ ਤੁਹਾਡੀ ਨਿਗਾਹ ਵਿੱਚ? ਛੇਤੀ ਕੀਤੇ ਤਾਂ ਮੈਂ ਕਿਸੇ ਦੇ ਘਰੇ ਜਾਂਦਾ ਨਹੀਂ ਹਾਂ, ਅਤੇ ਜੇ ਮੈਂ ਜਾਵਾਂ ਤਾਂ ਖਾਲੀ ਆਉਂਦਾ ਨਹੀਂ ਹਾਂ, ਪੈਸੇ ਲੈ ਕੇ ਨਹੀਂ, ਬਰਕਤ ਦੇ ਕੇ ਆਉਂਦਾ ਵਾਂ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਦੀ ਆਸ਼ੀਸ਼ ਦੇ ਕੇ। ਹਾਲੇਲੂਇਆ, ਹਾਲੇਲੂਇਆ। ਔਰ ਪਹਿਲੀ ਗੱਲ ਇਹ ਤੁਹਾਨੂੰ ਦੱਸਦਾਂ, ਨਾ ਮੈਂ ਪੈਸਾ ਲੈਣਾ ਅਤੇ ਨਾ ਮੈਂ ਦਿੰਦਾ, ਨਾ ਮੈਂ ਵਚਨ ਸੁਣਾਉਣ ਦਾ ਪੈਸਾ ਲੈਣਾ ਅਤੇ ਨਾ ਮੈਂ ਸੁਣਾਉਣ ਦਾ ਪੈਸਾ ਦਿੰਦਾ ਵਾਂ। ਮੈਂ ਫ੍ਰੀ ਲੈਂਦਾ ਅਤੇ ਫ੍ਰੀ ਦਿੰਦਾ, ਅਤੇ ਮੈਂ ਫ੍ਰੀ ਲੋਕਾਂ ਦੇ ਘਰ ਵਿੱਚ ਜਾ ਕੇ ਦੁਆ ਕਰਦਾ ਵਾਂ ਅਤੇ ਬੰਦਗੀਆਂ ਵੀ ਮੈਂ ਫ੍ਰੀ ਕਰਦਾ ਵਾਂ। ਕੋਈ ਪੈਸਾ ਨਹੀਂ ਮੈਂ ਲੈਣਾ, ਇੱਥੋਂ ਤੱਕ ਕਿ ਮੈਂ ਗੱਡੀ ਦੇ ਤੇਲ ਪਵਾਉਣ ਦੇ ਵੀ ਪੈਸੇ ਨਹੀਂ ਲੈਣਾ। ਜਿਹੜੇ ਲੋਕ ਮੇਰੇ ਬਦਨਾਮੀ ਕਰਦੇ ਨੇ ਨਾ, ਪਾਸਟਰ ਸ਼ਮੌਨ ਪੈਸੇ ਲੈਂਦਾ, ਵੀ ਉਹ ਕਈਆਂ ਨੇ ਰੌਲਾ ਪਾਇਆ ਵੀ ਉਹ 2.5 ਲੱਖ ਲੈਂਦਾ ਹੈ। ਹਾਂ, ਮੈਂ ਕਿਹਾ ਕੌਣ ਲਈ ਜਾਂਦਾ 2.5 ਲੱਖ? ਕਹਿੰਦੇ ਜੀ ਪਾਸਟਰ ਸ਼ਮੌਨ ਲੈਂਦਾ। ਮੈਨੂੰ ਕਹਿੰਦਾ ਸੀ ਪਾਸਟਰ ਸ਼ਮੌਨ 2.5 ਲੱਖ ਲੈਂਦਾ। ਮੈਂ ਕਿਹਾ ਯਾਰ ਕੌਣ ਲੈਂਦਾ? ਇੱਕ ਆਹ ਭਰਾ ਬੈਠਾ, ਇਹਨੂੰ ਕਿਸੇ ਨੇ ਕਿਹਾ ਪਾਸਟਰ ਸ਼ਮੌਨ 50,000 ਰੁਪਇਆ ਲੈਂਦਾ। ਇਹ ਮੈਨੂੰ ਪੁੱਛੇ, ਕਹਿੰਦਾ ਪਾਸਟਰ ਜੀ ਤੁਸੀਂ 50,000 ਰੁਪਇਆ ਲੈਂਦੇ? ਮੈਂ ਕਿਹਾ ਕਾਹਦਾ ਹੋਏ? ਕਹਿੰਦਾ ਜੀ ਪ੍ਰਚਾਰ ਕਰਨ ਦਾ, ਬੰਦਗੀ ਕਰਨ ਦਾ। ਮੈਂ ਕਿਹਾ ਤੂੰ ਮੈਨੂੰ ਕਦੀ ਸੁਣਿਆ ਪੈਸੇ ਲੈਂਦੇ ਹੋਏ? ਕਿਉਂ ਜੀ ਬ੍ਰਦਰ ਜੀ, ਇੱਦਾਂ ਤੁਹਾਨੂੰ ਰੌਲੀ ਪਾਉਂਦੇ ਨਾ ਲੋਕ, ਕਹਿੰਦੇ ਪਾਸਟਰ ਪੈਸੇ ਲੈਂਦਾ। ਮੈਂ ਤਾਂ ਸੁਣੀ ਸੁਣਾਈ ਗੱਲਾਂ ਗਾਂ ਕਰੀ ਜਾਂਦੇ ਆ। ਮੇਰੇ ਚਰਚ ਦੇ ਵਿੱਚ ਜਿੰਨੇ ਵੀ ਭੈਣ ਭਾਈ ਬੈਠੇ, ਮੈਨੂੰ ਦੱਸ ਦਿਓ ਜੇ ਮੈਂ ਕਦੀ ਕਿਸੇ ਤੋਂ ਪੈਸਾ ਮੰਗਿਆ ਹੋਵੇ, ਵੀ ਮੈਨੂੰ ਇੰਨੇ ਪੈਸੇ ਦੇ ਦਿਓ, ਫਿਰ ਮੈਂ ਤੁਹਾਡੇ ਘਰੇ ਬੰਦਗੀ ਕਰਨ ਆਉਣਾ। ਜਿਹੜੇ ਆਨਲਾਈਨ ਵੀ ਦੇਖਦੇ ਆ, ਮੈਂ ਵਿਕਿਆ ਹੋਇਆ ਪਾਸਟਰ ਨਹੀਂ ਹਾਂ। ਸ਼ਰੇਆਮ ਕਹਿੰਦਾ ਮੈਂ ਵਿਕਿਆ ਹੋਇਆ ਨਹੀਂ ਹਾਂ। ਮੈਂ 2 ਲੱਖ 6 ਲੱਖ 4 ਲੱਖ ਬੰਦਗੀ ਕਰਨ ਦਾ ਨਹੀਂ ਲੈਣਾ। ਜੇ ਰੱਬ ਨੇ ਮੈਨੂੰ ਕੋਈ ਦਿੱਤੀ ਚੀਜ਼, ਜੇ ਸਾਊਂਡ ਮੈਨੂੰ ਦਿੱਤੀ, ਟੈਂਟ ਦਿੱਤਾ, ਮੈਂ ਫ੍ਰੀ ਲਾ ਕੇ ਬੰਦਗੀ ਕਰੂੰਗਾ। ਪੈਸੇ ਨਹੀਂ ਲਊਂਗਾ ਲੋਕਾਂ ਤੋਂ, ਟੈਂਟ ਲਾਉਂਦੇ, ਸਾਊਂਡ ਲਾਉਂਦੇ, ਪ੍ਰਚਾਰ ਕਰਨ ਦੇ। ਹਲੋ